ਸਾਡਾ ਇਹ ਭਰਾ ਸੀ, ਸਾਡਾ ਇਹ ਭਰਾ ਹੈ ਤੇ ਸਾਡਾ ਇਹ ਭਰਾ ਕੋਈ ਕੁਛ ਬੋਲੇ ਦੁਨੀਆ ਲੱਖ ਬੋਲੇ ਇੱਧਰ ਉੱਧਰ ਬਿਗਵੜ ਸਨੀ ਮਾਂ ਦੇ ਬਿਗਵੜ ਹੁਣ ਤਾਂ ਪੱਕੀ ਯਾਰੀ ਛੁੱਟੀ ਪਈ ਹੋਈ ਆ। ਕਦੇ ਏਦਾਂ ਮਾੜਾ ਮੋਟਾ ਹੋਇਆ ਕਦੇ ਵੀ ਯਾਰ ਵੀ ਸਿੱਧੂ ਤੂੰ ਆਹ ਗੱਲ ਨਹੀਂ ਕਰਨੀ ਸੀ, ਆਹ ਗੱਲ ਕਰਤੀ ਤਾਂ ਉੱਥੇ? ਨਹੀਂ ਨਹੀਂ ਬ੍ਰੋ, ਇੱਦਾਂ ਦਾ ਕੋਈ ਸੀਨ ਨਹੀਂ ਹੈਗਾ ਬ੍ਰੋ। ਲਾਈਕ ਆਪਾਂ ਬਸ ਇੱਦਾਂ ਹੀ ਚੱਲਦੇ ਹਾਂ ਰਾਈਟ। ਲਾਈਕ ਇੱਦਾਂ ਦੀ ਕੋਈ ਨਹੀਂ ਗੱਲ ਹੈਗੀ, ਆਪਾਂ ਭਰਾ ਹਾਂ ਹੈ ਨਾ, ਸੋ ਭਰਾਵਾਂ ਵਾਂਗੂ ਹੀ ਚੱਲਦੇ ਹਾਂ ਅਸੀਂ ਹੈ ਨਾ। ਸੋ ਵਧੀਆ ਪਹਿਲਾਂ ਵੀ ਸੀ ਹੁਣ ਵੀ ਆ, ਅਤੇ ਆਪਾਂ ਇੱਦਾਂ ਹੁਣ ਰੈਡੀ ਕੀਤੇ ਪਏ, ਹੋਰ ਵੀ ਗਾਣੇ ਹਜੇ ਆਉਣੇ ਆ ਰਾਈਟ। ਸੋ ਹਾਂਜੀ ਵਧੀਆ ਸਿਸਟਮ। ਟੋਪ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਜੈਲਦਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿੱਤਰੋ ਗੱਲ ਕਰਾਂਗੇ ਅੱਜ ਸਿੱਧੂ ਮੂਸੇਵਾਲੇ ਦੀ ਤੇ ਬਿਗ ਬਰਡ ਦੀ। ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਦੇਖੀਆਂ ਹੋਣਗੀਆਂ ਕਿ ਸਿੱਧੂ ਮੂਸੇਵਾਲ ਦੀ ਬਿਗ ਬਰਡ ਨਾਲ ਟੁੱਟ ਗਈ ਹੈ। ਇਹ ਦੋਵੇਂ ਸਿੰਗਰ ਆਪਸ ਵਿੱਚ ਨਹੀਂ ਬੋਲਦੇ, ਪਰ ਹਾਲ ਹੀ ਵਿੱਚ ਲੁਧਿਆਣੇ ਦੇ ਇੱਕ ਲਾਈਵ ਸ਼ੋਅ ਵਿੱਚ ਸਿੱਧੂ ਮੂਸੇਵਾਲੇ ਨੇ ਬਿਗ ਬਰਡ ਨੂੰ ਆਪਣੇ ਨਾਲ ਲਿਆਂਦਾ ਅਤੇ ਕਿਹਾ ਕਿ ਬਿਗ ਬਰਡ ਮੇਰਾ ਯਾਰ ਸੀ, ਮੇਰਾ ਯਾਰ ਹੈ ਅਤੇ ਮੇਰਾ ਯਾਰ ਰਹੇਗਾ, ਲੋਕ ਜੋ ਮਰਜ਼ੀ ਬੋਲਣ। ਸਿੱਧੂ ਮੂਸੇਵਾਲ ਨੇ ਕਿਹਾ ਕਿ ਮੈਂ ਇਕੱਲਾ ਕੁਝ ਵੀ ਨਹੀਂ ਸੀ, ਮੈਂ ਜੋ ਬਣਿਆ ਵਾਂ ਬਿਗ ਬਰਡ ਦੇ ਕਰਕੇ ਹੀ ਬਣਿਆ ਹਾਂ, ਅਤੇ ਆਪਾਂ ਦੋਨੋਂ ਇਕੱਠੇ ਰਹਾਂਗੇ। ਸੋ ਮਿੱਤਰੋ ਆਓ ਤੁਹਾਨੂੰ ਵੀ ਉਸ ਵੀਡੀਓ ਵਾਲੇ ਇੱਕ ਝਾਤ ਮਰਾਉਂਦੇ ਹਾਂ। ਅਤੇ ਵੀਡੀਓ ਵੱਲ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਜੇ ਤੁਸੀਂ ਅਜੇ ਤੱਕ ਵੀ ਟੋਪ ਪੰਜਾਬ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਵੱਧਦੇ ਹਾਂ ਉਸ ਵੀਡੀਓ ਵੱਲ। ਸਾਡਾ ਇਹ ਭਰਾ ਸੀ, ਸਾਡਾ ਇਹ ਭਰਾ ਹੈ ਤੇ ਸਾਡਾ ਇਹ ਭਰਾ ਕੋਈ ਕੁਛ ਬੋਲੇ ਦੁਨੀਆ ਲੱਖ ਬੋਲੇ ਇੱਧਰ ਉੱਧਰ ਬਿਗਵੜ ਦੇ ਸਨੀ ਮਾਂ ਦੇ ਬਿਗਵੜ ਸਿੱਧੂ ਮੂਸਿਆ ਸਿੱਧੂ ਮੂਸਿਆ ਸਿੱਧੂ ਕਦੇ ਵੀ ਨਹੀਂ ਬੋਲੇ। ਸਾਨੂੰ ਪਰਮਾਤਮਾ ਨੇ ਇਕੱਠਿਆਂ ਨੂੰ ਤੋੜਿਆ ਕਿ ਸਾਡੀ ਕਦੇ ਮਨਮਰਜ਼ੀ ਨਹੀਂ ਹੋ ਸਕਦੀ, ਅਸੀਂ ਇੱਕ ਦੂਜੇ ਨੂੰ ਛੱਡ ਕੇ ਤੋਰੀਏ, ਭਰਾ ਸੀ ਔਰ ਮਿਲ ਕੇ ਭਰਾ ਰਹੂਗਾ। ਖਾਣਾ ਤਾਂ ਆਪਣੀ ਆਪਣੀ ਕਿਸਮਤ ਦਾ ਹੁੰਦਾ, ਪਰ ਕੋਈ ਜ਼ਰੀਆ ਬਣਦਾ ਹੁੰਦਾ, ਮੇਰਾ ਜ਼ਰੀਆ ਬਣ ਵਾਲੇ ਸਾਡਾ ਇਹ ਭਰਾ ਸੀ, ਸਾਡਾ ਇਹ ਭਰਾ ਹੈ ਤੇ ਸਾਡਾ ਇਹ ਭਰਾ ਕੋਈ ਕੁਛ ਬੋਲੇ ਦੁਨੀਆ ਲੱਖ ਬੋਲੇ ਇੱਧਰ ਉੱਧਰ ਬਿਗਵੜ ਦੇ ਸਨੀ ਮਾਰਟਨ ਦੇ ਬਿਗਵੜ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਸਿੱਧੂ ਕਦੇ ਵੀ ਨਹੀਂ ਬਣੇ। ਸਾਨੂੰ ਪਰਮਾਤਮਾ ਨੇ ਇਕੱਠਿਆਂ ਨੂੰ ਤੋਰਿਆ ਕਿ ਸਾਡੀ ਕਦੇ ਮਨਮਰਜ਼ੀ ਨਹੀਂ ਹੋ ਸਕਦੀ, ਅਸੀਂ ਇੱਕ ਦੂਜੇ ਨੂੰ ਛੱਡ ਕੇ ਤੁਰ ਜਾਈਏ, ਭਰਾ ਸੀ ਆਲਵੇਜ਼ ਤੇ ਭਰਾ ਰਹੂਗਾ। ਖਾਣਾ ਤਾਂ ਆਪਣੀ ਆਪਣੀ ਕਿਸਮਤ ਦਾ ਹੁੰਦਾ, ਪਰ ਕੋਈ ਜ਼ਰੀਆ ਬਣਦਾ ਹੁੰਦਾ, ਮੇਰਾ ਜ਼ਰੀਆ ਬਰਡ ਬਣਿਆ ਜੋ ਸੋਹਾ ਹੀ ਗਾਣਾ ਆ। ਹਾਂਜੀ ਮਿੱਤਰੋ, ਸਿੱਧੂ ਮੂਸੇਵਾਲ ਦੀ ਯਾਰੀ ਫਿਰ ਤੁਹਾਨੂੰ ਕਿਵੇਂ ਦੀ ਲੱਗੀ? ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ, ਅਤੇ ਕਮੈਂਟਾਂ 'ਚ ਸਿੱਧੂ ਮੂਸੇਵਾਲਾ ਐਂਡ ਬਿਗ ਬਰਡ ਜ਼ਰੂਰ ਲਿਖ ਦਿਓ। ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ, ਸੋ ਸਾਨੂੰ ਦਿਓ ਇਜਾਜ਼ਤ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।